ਸੱਜਣ ਗਰਾਊਂਡ ਚ ਐਂਟਰੀ ਕਰੋ ਰੋਜ਼ ਨਵਾਂ ਬੰਦਾ ਮਿਲਦਾ ਹੁੰਦਾ ਤਾਂ ਜਾ ਮਿਲਿਆਗਾ ਵੀਰ ਭਰਾ ਆਪਣਾ ਕੀ ਹਾਲ ਚਾਲ ਸਟੇ ਆ ਜਾਣ ਵਾਲੀਬਾਲ ਖੇਡਣ ਤਾਂ ਰਸਤੇ ਵਿੱਚ ਸਾਨੂੰ ਸਾਡੇ ਐਕਟਰ ਮਿਲੇ ਸੀ ਸਾਰਾ ਦਿਨ ਕਰਦੇ ਕਿ ਰਹੀਦਾ ਵਾ ਬਾਕੀ ਇਹਦਾ ਦਿਨ ਬੋਰਿੰਗ ਜਿਹਾ ਲੰਘਣਾ ਵਾ ਪਰ ਕੀ ਵੀ ਤਾਂ ਕੋਈ ਕੰਮ ਨਿਕਲ ਹੀ ਆਵੇ ਇੰਟਰਸਟਿੰਗ ਜਿਹਾ ਸ਼ਾਮਾਂ ਪੈ ਗਈਆਂ ਹੁਣ ਮੈਂ ਫਿਰ ਚੱਲਾਂ ਆਪਣਾ ਵਾਲੀਬਾਲ ਖੇਡਣਾ ਕਿਉਂਕਿ ਸਾਰਾ ਦਿਨ ਘੰਟੇ ਤੋਂ ਕੋਈ ਹੁੰਦਾ ਨਹੀਂ ਹੈ ਸਾਰਾ ਦਿਨ ਘਰੇ ਬਹਿ ਕੇ ਪਬਜੀ ਖੇਡਦੇ ਰਹੀਦਾ ਹੁਣ ਚੱਲੇ ਹਾਂ ਵਾਲੀਬਾਲ ਖੇਡਣ ਤਾਂ ਬਾਕੀ ਯਾਰ ਤੁਸੀਂ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਵੀ ਕਰਦਿਆ ਕਰੋ ਅਤੇ ਜਿਹੜੇ ਵੀਡੀਓ ਵੇਖਦੇ ਲਾਈਕ ਕਰਦਿਆ ਕਰੋ ਥੋੜ੍ਹਾ ਮੋਟੀਵੇਟ ਹੋ ਜਾਂਦਾ ਬੰਦਾ ਕਮੈਂਟ ਕਰਕੇ ਦੱਸੋ ਕੁਰੇ ਕੋਈ ਆਈਡੀਆ ਵਗੈਰਾ ਵੀ ਕਿੱਦਾਂ ਦਾ ਵਲੋਗ ਬਣਾਈਏ ਆਪਾਂ ਕੋਈ ਆਈਡੀਆ ਦਿਓਗੇ ਤਾਂ ਹੋਰ ਵਧੀਆ ਤੋਂ ਵਧੀਆ ਵਲੋਗ ਆਉਣਗੇ ਮੈਂ ਤਾਂ ਸਰਪੰਚ ਡਏ ਹਾਂ ਜਾਣ ਵਾਲੀਬਾਲ ਖੇਡਣ ਤਾਂ ਰਸਤੇ ਵਿੱਚ ਸਾਨੂੰ ਸਾਡੇ ਐਕਟਰ ਮਿਲੇ ਸੀ ਇਹ ਮਿਲਿਆ ਰਾਹ ਵਿੱਚ ਕਹਿੰਦਾ ਵੀ ਚੱਲ ਮੇਰੇ ਨਾਲ ਸਾਨੂੰ ਕੰਮ ਹੈ ਹੁਣ ਆਪਾਂ ਉੱਥੇ ਆਏ ਹਾਂ ਆਟਾ ਲੈਣ ਆਏ ਹਾਂ ਇੱਥੇ ਤੋਂ ਇੱਥੇ ਬੋਰੀਆਂ ਇੰਨੀ ਆ ਰਹੀਆਂ ਅਤੇ ਵਿੱਚ ਨੰਬਰ ਲੱਭਾ ਨਹੀਂ ਸਾਰੀਆਂ ਫੋਰ ਮਾਰੀਆਂ ਪਰ ਆਪਣੇ ਹੈ ਨਹੀਂ ਵਿੱਚ ਏ ਫਿਊ ਮੋਮੈਂਟਸ ਲੇਟਰ ਫਾਈਨਲੀ ਮਿਲ ਗਈ ਆਪਾਂ ਜਿਹੜੇ ਵਿਹਲੇ ਰਹਿ ਰਹੇ ਬਸ ਗੇਮ ਖੇਡ ਕੇ ਤਾਂ ਕੰਮ ਸਾਰੀ ਦਾ ਅਤੇ ਇੱਕ ਆਹ ਹੁੰਦੀਆਂ ਮੇਨ ਤਾਂ ਵੇਖੋ ਸਾਰੇ ਦੌੜ ਲਾਉਣ ਆਏ ਇੱਥੇ ਭਰਤੀ ਹੋਣਾ ਆਪਾਂ ਜਿਹੜੇ ਵਿਹਲੇ ਜਿੱਦਣ ਗਰਾਊਂਡ 'ਚ ਐਂਟਰੀ ਕਰੋ ਰੋਜ਼ ਨਵਾਂ ਬੰਦਾ ਹੀ ਮਿਲਦਾ ਹੁੰਦਾ ਤਾਂ ਜਾ ਮਿਲਿਆ ਗਾ ਵੀਰ ਭਰਾ ਆਪਣਾ ਕੀ ਹਾਲ ਚਾਲ ਦਿਸ ਇਜ਼ ਮਿਨੀ ਪਲੇਅਰ ਇਹਨੂੰ ਤਾਂ ਤੁਸੀਂ ਜਾਣਦੇ ਹੋਗੇ ਅਲਟਰਾ ਪ੍ਰੋ ਮੈਕਸ ਹੋਰ ਕੀ ਹਾਲ ਚਾਲ ਵੀ ਮੈਂ ਤਾਂ ਵੀਰ ਸਿੰਘ ਸਾਡੇ ਕੈਮਰਾਮੈਨ ਇਹ ਟੀਮ ਮੱਲੀ ਜਾਣ ਲੱਗੀ ਆ ਮੈਂ ਤਾਂ ਸਰਪੰਚ ਨਾਈਟ ਆਊਟ 'ਤੇ ਘੁੰਮ ਫਿਰ ਰਹੇ ਹਾਂ ਹੈ ਨਾ ਸਰਪੰਚ ਹੁਣ ਕਿੱਥੇ ਚੱਲੇ ਆਪਾਂ ਕਾਲਜ ਵਗੈਰਾ ਚੱਲੇ ਹਾਂ ਫਿਰ ਉੱਥੋਂ ਹੋ ਕੇ ਅੱਗੇ ਵੀ ਕਿਤੇ ਜਾਣਾ ਹੋਊ ਉੱਥੇ ਚੱਲ ਜਾਂਗੇ ਫਿਰ ਵਾਪਸ ਆਉਣਾ ਘਰ ਨੂੰ ਨਾਈਟ ਆਊਟ ਜ਼ਿਆਦਾ ਵੱਡਾ ਨਹੀਂ ਹੁੰਦਾ ਬਸ ਅੱਧੇ ਕੁ ਪੌਣੇ ਘੰਟੇ ਦਾ ਬਾਕੀ ਫਿਰ ਅੱਜ ਦਾ ਵਲੋਗ ਫਿਰ ਇੱਥੇ ਐਂਡ ਕਰਦੇ ਹਾਂ ਫਿਰ ਮਿਲਾਂਗੇ ਫਿਰ ਅਗਲੇ ਵਲੋਗ ਵਿੱਚ ਅਤੇ ਯਾਰ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਅਤੇ ਸ਼ੇਅਰ ਕਰਦਿਆ ਕਰੋ ਜਿਹਦੇ ਨਾਲ ਵਿਊਜ਼ ਵਗੈਰਾ ਵੱਧ ਜਾਂਦੇ ਮੇਰੇ ਨਾਲੇ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਆ ਅਤੇ ਮੈਂ ਵਲੋਗ ਦੇ ਵਿੱਚ ਹੋਰ ਘੈਂਟ ਨਾ ਘੈਂਟ ਚੀਜ਼ਾਂ ਪਾਇਆ ਕਰਾਂਗਾ ਬਸ ਹੁਣ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਚੈਨਲ ਨੂੰ ਵਲੋਗ ਚਾਹੇ ਛੋਟੇ ਹੋਣਗੇ ਪਰ ਤੁਹਾਨੂੰ ਵੇਖ ਕੇ ਜ਼ਰੂਰ ਮਜ਼ਾ ਆਏਗਾ